ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਸਾਡੇ ਪ੍ਰੋਗਰਾਮ ਰਿਸ਼ਤੇ ਹੀ ਰਿਸ਼ਤੇ ਵਿੱਚ। ਦੋਸਤੋ, ਇਸ ਪ੍ਰੋਗਰਾਮ ਦੇ ਰਾਹੀਂ ਅਸੀਂ ਤੁਹਾਡੀ ਛੋਟੀ ਵੱਡੀ ਪ੍ਰਾਇੋਰਟੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਲੈ ਕੇ ਆਉਂਦੇ ਹਾਂ, ਲੱਭ ਕੇ ਲਿਆਉਂਦੇ ਹਾਂ ਤੁਹਾਡੇ ਲਈ ਤੁਹਾਡਾ ਪਰਫੈਕਟ ਪਾਰਟਨਰ, ਤੁਹਾਡਾ ਰਾਈਟ ਕੰਪੈਨੀਅਨ। ਦੋਸਤੋ, ਸਾਡੇ ਕੋਲ ਰਿਸ਼ਤੇ ਆਉਂਦੇ ਨੇ ਰੋਜ਼ ਹੀ, ਕੈਨੇਡਾ ਤੋਂ, ਯੂਕੇ ਤੋਂ ਅਤੇ ਇੰਡੀਆ ਤੋਂ ਵੀ ਪ੍ਰੋਫਾਈਲਸ ਆਉਂਦੀਆਂ ਨੇ। ਅਤੇ ਜੇਕਰ ਕਿਸੇ ਵੀ ਪ੍ਰੋਫਾਈਲ ਨੂੰ ਸੁਣ ਕੇ ਅੱਜ ਤੁਹਾਨੂੰ ਲੱਗਾ ਕਿ ਤੁਸੀਂ ਪਰਫੈਕਟ ਪਾਰਟਨਰ ਹੋ ਜਾਂ ਉਹ ਪ੍ਰੋਫਾਈਲ ਤੁਹਾਡੀ ਰਿਕੁਆਇਰਮੈਂਟ ਦੇ ਅਕੋਰਡਿੰਗ ਫਿੱਟ ਬੈਠਦੀ ਹੈ, ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ। ਜ਼ਰੂਰ ਸਾਡੇ ਨਾਲ ਐਂਡ ਦੇ ਵਿੱਚ ਦੱਸਾਂਗੇ ਕਿ ਕਿਵੇਂ ਤੁਸੀਂ ਲੱਭ ਸਕਦੇ ਹੋ ਆਪਣੇ ਪਰਫੈਕਟ ਪਾਰਟਨਰ ਨੂੰ। ਤਾਂ ਦੋਸਤੋ, ਇਸ ਸਫ਼ਰ ਦੇ ਵਿੱਚ ਪਹਿਲਾ ਰਿਸ਼ਤਾ ਜਿਹੜਾ ਅੱਜ ਮੇਰੇ ਕੋਲ ਆਇਆ ਹੋਇਆ, 31 ਸਾਲਾਂ ਦੇ, 6'3" ਇਹਨਾਂ ਦੀ ਹਾਈਟ ਹੈ, ਅਨਮੈਰਿਡ ਨੇ, ਗੁੱਡ ਲੁਕਿੰਗ ਨੇ, ਜੱਟ ਸਿੱਖ ਮੁੰਡੇ ਦੀ ਪ੍ਰੋਫਾਈਲ ਹੈ ਜੀ। ਪਰਮਾਨੈਂਟ ਰੈਜ਼ੀਡੈਂਟ ਨੇ ਕੈਨੇਡਾ ਦੇ ਵਿੱਚ ਅਤੇ ਮਾਸਟਰਸ ਕੀਤੀ ਹੋਈ ਹੈ ਇਹਨਾਂ ਨੇ MBA ਦੀ, ਅਤੇ ਖੁਦ ਦਾ ਬਿਜ਼ਨਸ ਕਰ ਰਹੇ ਨੇ। ਇੰਡੀਅਨ ਬੈਕਗ੍ਰਾਊਂਡ ਦੀ ਜੇ ਗੱਲ ਕਰੀਏ ਤਾਂ ਜਲੰਧਰ ਪੰਜਾਬ ਨਾਲ ਇਹ ਸੰਬੰਧ ਰੱਖਦੇ ਨੇ। ਇਹ ਲੱਭ ਰਹੇ ਨੇ ਆਪਣੇ ਲਈ 25 ਤੋਂ 28 ਸਾਲਾਂ ਦੇ ਵਿਚਕਾਰ ਅਨਮੈਰਿਡ ਕਿਸੇ ਵੀ ਵੀਜ਼ਾ ਸਟੇਟਸ ਤੇ ਜੱਟ ਸਿੱਖ ਕੁੜੀ ਨੂੰ ਇਹ ਲੱਭ ਰਹੇ ਨੇ ਕੈਨੇਡਾ ਜਾਂ ਫਿਰ ਇੰਡੀਆ ਤੋਂ। ਦੋ ਕੰਟਰੀ ਲਈ ਰਿਕੁਆਇਰਮੈਂਟਸ ਨੇ ਕੈਨੇਡਾ ਅਤੇ ਇੰਡੀਆ ਦੀਆਂ। ਅਤੇ ਜਿਹੜੀਆਂ ਵੀ ਕੁੜੀਆਂ ਇੰਡੀਆ ਜਾਂ ਕੈਨੇਡਾ ਤੋਂ ਸੁਣ ਰਹੀਆਂ ਨੇ, 25 ਤੋਂ 28 ਸਾਲਾਂ ਦੇ ਵਿਚਕਾਰ ਜੱਟ ਸਿੱਖ ਕੁੜੀਆਂ ਕਿਸੇ ਵੀ ਵੀਜ਼ਾ ਸਟੇਟਸ ਤੇ ਹੋਣ, ਇੰਡੀਆ ਤੋਂ ਕੁਛ ਵੀ ਕਰਦੀਆਂ ਹੋਣ, ਉਹਨਾਂ ਲਈ ਰਿਕੁਆਇਰਮੈਂਟਸ ਨੇ। ਤਾਂ ਜੀ, ਸੈਕਿੰਡ ਜਿਹੜੀ ਪ੍ਰੋਫਾਈਲ ਆਈ ਹੈ ਉਹ ਹੈ 29 ਸਾਲਾਂ ਦੇ, 5'10", ਡਾਈਵੋਰਸੀ, ਗੁੱਡ ਲੁਕਿੰਗ, ਜੱਟ ਸਿੱਖ ਮੁੰਡੇ ਦੀ ਪ੍ਰੋਫਾਈਲ ਹੈ ਜੀ। ਕੈਨੇਡਾ ਦੇ ਵਿੱਚ ਵਰਕ ਪਰਮਿਟ ਹੋਲਡਰ ਨੇ, ਇਹਨਾਂ ਨੇ ਬੈਚਲਰਸ ਕੀਤੀ ਹੋਈ ਹੈ ਅਤੇ ਖੁਦ ਦਾ ਬਿਜ਼ਨਸ ਕਰ ਰਹੇ ਨੇ। ਇੰਡੀਅਨ ਬੈਕਗ੍ਰਾਊਂਡ ਬਠਿੰਡਾ ਪੰਜਾਬ ਦਾ ਇਹਨਾਂ ਦਾ ਹੈਗਾ ਹੈ। ਅਤੇ ਲੱਭ ਰਹੇ ਨੇ ਆਪਣੇ ਲਈ 25 ਤੋਂ 30 ਸਾਲਾਂ ਦੀ ਅਨਮੈਰਿਡ ਜਾਂ ਫਿਰ ਡਾਈਵੋਰਸੀ ਸਿਟੀਜ਼ਨ ਨੂੰ, ਪਰਮਾਨੈਂਟ ਰੈਜ਼ੀਡੈਂਟ, ਹਿੰਦੂ ਸਿੱਖ ਕਾਸਟ ਨੋਬਾਰ ਦੀ ਇਹਨਾਂ ਨੇ ਰਿਕੁਆਇਰਮੈਂਟ ਦਿੱਤੀ ਹੈ। ਅਤੇ ਕੁੜੀ ਦੀ ਜਿਹੜੀ ਕੰਟਰੀ ਹੋਵੇ ਉਹ ਕੈਨੇਡਾ ਹੋਵੇ, ਇੱਦਾਂ ਦੀ ਇਹਨਾਂ ਨੇ ਰਿਕੁਆਇਰਮੈਂਟਸ ਦਿੱਤੀਆਂ ਨੇ ਕਿ ਕੰਟਰੀ ਲਈ ਰਿਕੁਆਇਰਮੈਂਟ ਸਾਨੂੰ ਚਾਹੀਦੀ ਹੈ ਕੁੜੀ ਦੀ। ਤਾਂ ਜਿਹੜੀਆਂ ਕੁੜੀਆਂ 25 ਤੋਂ 30 ਸਾਲਾਂ ਦੇ ਵਿਚਕਾਰ ਅਨਮੈਰਿਡ ਹੋਣ ਜਾਂ ਫਿਰ ਡਾਈਵੋਰਸੀ ਲਈ ਵੀ ਇਹਨਾਂ ਨੇ ਰਿਕੁਆਇਰਮੈਂਟ ਦਿੱਤੀਆਂ ਨੇ। ਨੈਕਸਟ ਪ੍ਰੋਫਾਈਲ ਜਿਹੜੀ ਆਈ ਹੋਈ ਹੈ 47 ਸਾਲਾਂ ਦੇ, 5'7", ਅਨਮੈਰਿਡ, ਗੁੱਡ ਲੁਕਿੰਗ, ਮੁਸਲਿਮ ਸੁੰਨੀ ਮੁੰਡੇ ਦੀ ਇਹ ਪ੍ਰੋਫਾਈਲ ਹੈ ਜੀ। ਮੁਸਲਿਮ ਸੁੰਨੀ ਜੈਂਟਲਮੈਨ ਵਿਜ਼ਿਟਰ ਵੀਜ਼ਾ ਤੇ ਨੇ ਕੈਨੇਡਾ ਦੇ ਵਿੱਚ, ਤੇ ਇਹਨਾਂ ਨੇ ਡਿਪਲੋਮਾ ਕੀਤਾ ਹੋਇਆ ਸਿਵਲ ਇੰਜੀਨੀਅਰਿੰਗ ਦਾ। ਤੇ ਕੰਮਕਾਰ ਦੀ ਜੇ ਗੱਲ ਕਰੀਏ ਤਾਂ ਇਹ ਵੀ ਖੁਦ ਦਾ ਬਿਜ਼ਨਸ ਕਰ ਰਹੇ ਨੇ ਤੇ ਪਾਕਿਸਤਾਨ ਨਾਲ ਸੰਬੰਧ ਰੱਖਦੇ ਨੇ। ਲੈਂਦੇ ਪੰਜਾਬ ਤੇ ਪ੍ਰੋਫਾਈਲ ਆਈ ਹੈ ਜੀ, ਤੇ ਇਹਨਾਂ ਦਾ ਜਿਹੜਾ ਪਿਛੋਕੜ ਹੈਗਾ ਹੈ ਕਰਾਚੀ ਦਾ ਹੈਗਾ ਹੈ। ਆਓ ਦੇਖਦੇ ਹਾਂ ਕਿ ਪ੍ਰੋਫਾਈਲ, ਮਤਲਬ ਆਪਣੇ ਪਰਫੈਕਟ ਪਾਰਟਨਰ ਲਈ ਇਹਨਾਂ ਨੇ ਕੀ ਰਿਕੁਆਇਰਮੈਂਟਸ ਦਿੱਤੀਆਂ ਨੇ। ਤਾਂ ਜੀ, ਰਿਕੁਆਇਰਮੈਂਟ ਇਹਨਾਂ ਨੇ ਦਿੱਤੀਆਂ ਨੇ ਅਨਮੈਰਿਡ, ਵਿਡੋ, ਵਿਡੋਵਰ, ਸੈਪਰੇਟਿਡ, ਡਾਈਵੋਰਸੀ ਸਿਟੀਜ਼ਨ ਲਈ ਇਹਨਾਂ ਨੇ ਰਿਕੁਆਇਰਮੈਂਟ ਦਿੱਤੀਆਂ ਨੇ। 34 ਤੋਂ 43 ਸਾਲਾਂ ਦੇ ਵਿਚਕਾਰ, ਪਰਮਾਨੈਂਟ ਰੈਜ਼ੀਡੈਂਟ, ਮੁਸਲਿਮ, ਨਾਲ ਹੀ ਕਾਸਟ ਨੋ ਬਾਰ ਲੇਡੀ ਲਈ ਇਹਨਾਂ ਨੇ ਰਿਕੁਆਇਰਮੈਂਟ ਦਿੱਤੀਆਂ ਨੇ ਕੈਨੇਡਾ ਲਈ। ਨੈਕਸਟ ਪ੍ਰੋਫਾਈਲ ਜਿਹੜੀ ਆਈ ਹੋਇਆ 30 ਸਾਲਾਂ ਦੇ, 6'2" ਕੱਦ ਦੇ, ਅਨਮੈਰਿਡ, ਗੁੱਡ ਲੁਕਿੰਗ, ਰਾਜਪੂਤ, ਹਿੰਦੂ ਮੁੰਡੇ ਦਾ ਇਹ ਰਿਸ਼ਤਾ ਆਇਆ ਜੀ। ਪਰਮਾਨੈਂਟ ਰੈਜ਼ੀਡੈਂਟ ਨੇ ਕੈਨੇਡਾ ਦੇ ਵਿੱਚ ਤੇ ਬੈਚਲਰਸ ਕੀਤੀ ਹੋਈ ਹੈ ਇਹਨਾਂ ਨੇ BBA ਦੇ ਵਿੱਚ, ਤੇ ਇਹ ਪ੍ਰਾਈਵੇਟ ਜੋਬ ਕਰ ਰਹੇ ਨੇ। ਇੰਡੀਅਨ ਬੈਕਗ੍ਰਾਊਂਡ ਲੁਧਿਆਣਾ ਪੰਜਾਬ ਦਾ ਇਹਨਾਂ ਦਾ ਹੈਗਾ ਹੈ। ਤੇ ਲੱਭ ਰਹੇ ਨੇ ਆਪਣੇ ਲਈ 24 ਤੋਂ 30 ਸਾਲਾਂ ਦੀ ਅਨਮੈਰਿਡ ਸਿਟੀਜ਼ਨ ਨੂੰ, ਪਰਮਾਨੈਂਟ ਰੈਜ਼ੀਡੈਂਟ, ਕਿਸੇ ਵੀ ਵੀਜ਼ਾ ਸਟੇਟਸ ਤੇ ਹਿੰਦੂ ਸਿੱਖ ਕੁੜੀ ਨੂੰ ਇਹ ਲੱਭ ਰਹੇ ਨੇ ਕੈਨੇਡਾ ਤੋਂ। ਨੈਕਸਟ ਪ੍ਰੋਫਾਈਲ ਜਿਹੜੀ ਆਈ ਹੈ ਉਹ ਹੈ 31 ਸਾਲਾਂ ਦੀ, 5'3", ਡਾਈਵੋਰਸੀ, ਗੁੱਡ ਲੁਕਿੰਗ, ਜੱਟ ਸਿੱਖ ਕੁੜੀ ਲਈ ਇਹਨਾਂ ਨੇ ਰਿਕੁਆਇਰਮੈਂਟ ਦਿੱਤੀਆਂ ਨੇ ਕੈਨੇਡਾ ਦੇ ਵਿੱਚ। ਵਰਕ ਪਰਮਿਟ ਹੋਲਡਰ ਨੇ ਤੇ ਬੈਚਲਰਸ ਕੀਤੀ ਹੋਈ ਹੈ ਇਹਨਾਂ ਨੇ, BSc ਕੀਤੀ ਹੋਈ ਹੈ ਤੇ ਐਜ਼ ਅ ਗਵਰਨਮੈਂਟ ਇੰਪਲੋਈ ਕੰਮ ਕਰ ਰਹੇ ਨੇ। ਇੰਡੀਅਨ ਬੈਕਗ੍ਰਾਊਂਡ, ਹੁਸ਼ਿਆਰਪੁਰ, ਪੰਜਾਬ ਦਾ ਇਹਨਾਂ ਦਾ ਹੈਗਾ। ਇਹ ਲੱਭ ਰਹੇ ਨੇ ਆਪਣੇ ਲਈ 31 ਤੋਂ 34 ਸਾਲਾਂ ਦੇ ਵਿਚਕਾਰ ਅਨਮੈਰਿਡ, ਡਾਈਵੋਰਸੀ ਸਿਟੀਜ਼ਨ ਨੂੰ ਇਹ ਲੱਭ ਰਹੇ ਨੇ, ਪਰਮਾਨੈਂਟ ਰੈਜ਼ੀਡੈਂਟ, ਕਿਸੇ ਵੀ ਵੀਜ਼ਾ ਸਟੇਟਸ ਤੇ ਜੱਟ ਸਿੱਖ ਮੁੰਡੇ ਨੂੰ ਇਹ ਲੱਭ ਰਹੇ ਨੇ ਕੈਨੇਡਾ ਤੋਂ। ਨੈਕਸਟ ਪ੍ਰੋਫਾਈਲ ਜਿਹੜੀ ਮੇਰੇ ਕੋਲ ਆਈ ਹੈ ਉਹ 28 ਸਾਲਾਂ ਦੇ, 6'1" ਇਹਨਾਂ ਦੀ ਹਾਈਟ ਹੈ, ਅਨਮੈਰਿਡ ਨੇ, ਸਿੱਖ ਅੰਮ੍ਰਿਤਧਾਰੀ ਮੁੰਡੇ ਦੀ ਇਹ ਪ੍ਰੋਫਾਈਲ ਹੈ ਜੀ। ਪਰਮਾਨੈਂਟ ਰੈਜ਼ੀਡੈਂਟ ਨੇ ਕੈਨੇਡਾ ਦੇ ਵਿੱਚ, ਤੇ ਇਹਨਾਂ ਨੇ ਪੋਸਟ ਗ੍ਰੈਜੂਏਸ਼ਨ ਕੀਤੀ ਹੋਈ ਹੈ ਜੀ ਸਾਈਬਰ ਸਿਕਿਉਰਿਟੀ ਦੇ ਵਿੱਚ, ਤੇ ਪ੍ਰਾਈਵੇਟ ਜੋਬ ਕਰ ਰਹੇ ਨੇ। ਇੰਡੀਅਨ ਬੈਕਗ੍ਰਾਊਂਡ ਦੀ ਜੇ ਗੱਲ ਕਰੀਏ ਤਾਂ ਇਹ ਅੰਮ੍ਰਿਤਸਰ ਨਾਲ ਸੰਬੰਧ ਰੱਖਦੇ ਨੇ। ਇਹ ਲੱਭ ਰਹੇ ਨੇ ਆਪਣੇ ਲਈ 23 ਤੋਂ 28 ਸਾਲਾਂ ਦੇ ਵਿਚਕਾਰ ਅਨਮੈਰਿਡ, ਕਿਸੇ ਵੀ ਵੀਜ਼ਾ ਸਟੇਟਸ ਤੇ ਸਿੱਖ ਅੰਮ੍ਰਿਤਧਾਰੀ ਕੁੜੀ ਨੂੰ ਲੱਭ ਰਹੇ ਨੇ ਕੈਨੇਡਾ ਜਾਂ ਫਿਰ ਇੰਡੀਆ ਤੋਂ। ਨੈਕਸਟ ਪ੍ਰੋਫਾਈਲ ਜਿਹੜੀ ਆਈ ਹੈ ਜੀ ਮੇਰੇ ਕੋਲ, 32 ਸਾਲਾਂ ਦੇ, 6'1" ਕੱਦ ਦੇ, ਜੱਟ ਸਿੱਖ ਸਿਟੀਜ਼ਨ ਦੀ ਇਹ ਪ੍ਰੋਫਾਈਲ ਹੈ, ਕੈਨੇਡਾ ਦੇ ਸਿਟੀਜ਼ਨ ਨੇ, ਬੈਚਲਰਸ ਕੀਤੀ ਹੋਈ ਹੈ
ਐਨੀਮੇਸ਼ਨ ਤੇ ਕੰਪਿਊਟਰ ਨੈਟਵਰਕਿੰਗ ਦੇ ਵਿੱਚ ਤੇ ਖੁਦ ਦਾ ਬਿਜ਼ਨਸ ਕਰ ਰਹੇ ਨੇ। ਇੰਡੀਅਨ ਬੈਕਗ੍ਰਾਉਂਡ ਇਹਨਾਂ ਦਾ ਹੈਗਾ ਚੰਡੀਗੜ੍ਹ ਦਾ। ਲੱਭ ਰਹੇ ਨੇ ਆਪਣੇ ਲਈ 24 ਤੋਂ 28 ਸਾਲਾਂ ਦੀ ਅਨਮੈਰਿਡ ਸਿਟੀਜ਼ਨ ਨੂੰ, ਕਿਸੇ ਵੀ ਵੀਜ਼ਾ ਸਟੇਟਸ ਲਈ ਕੁੜੀ ਇਹਨਾਂ ਨੂੰ ਚਾਹੀਦੀ ਹੈ। ਤੇ ਜਦ ਸੇ ਕੁੜੀ ਦੀ ਰਿਕੁਆਇਰਮੈਂਟ ਹੈ ਕੈਨੇਡਾ ਜਾਂ ਫਿਰ ਇੰਡੀਆ ਤੋਂ, ਤਾਂ ਜੀ ਕਿਸੇ ਵੀ ਵੀਜ਼ਾ ਸਟੇਟਸ ਤੇ ਜਿਹੜੀਆਂ ਕਿ ਕੁੜੀਆਂ ਕੈਨੇਡਾ ਤੋਂ ਜਾਂ ਫਿਰ ਇੰਡੀਆ ਤੋਂ ਸੁਣ ਰਹੀਆਂ ਨੇ, ਅਨਮੈਰਿਡ ਹੋਣ ਕਿਸੇ ਵੀਜ਼ਾ ਸਟੇਟਸ ਤੇ 24 ਤੋਂ 28 ਸਾਲਾਂ ਦੇ ਵਿਚਕਾਰ ਹੋਣਾ, ਇੱਦਾਂ ਦੀ ਕੁੜੀ ਲਈ ਇਹਨਾਂ ਨੂੰ ਰਿਕੁਆਇਰਮੈਂਟਸ ਦਿੱਤੀਆਂ ਨੇ ਸਾਨੂੰ। ਤਾਂ ਜੇਕਰ ਤੁਹਾਨੂੰ ਰਿਸ਼ਤਾ ਵਧੀਆ ਲੱਗਿਆ ਤਾਂ ਤੁਸੀਂ ਜੁੜ ਸਕਦੇ ਹੋ ਸਾਡੇ ਨਾਲ। ਤਾਂ ਜੀ ਅਗਲਾ ਜਿਹੜਾ ਰਿਸ਼ਤਾ ਮੇਰੇ ਕੋਲ ਆਇਆ ਹੋਇਆ 31 ਸਾਲਾਂ ਦੇ 6'2" ਅਨਮੈਰਿਡ ਹਿੰਦੂ ਕੁਰਮੀ ਸਿਟੀਜ਼ਨ ਦਾ ਇਹ ਰਿਸ਼ਤਾ ਆਇਆ ਜੀ। ਕੈਨੇਡਾ ਦੇ ਵਿੱਚ ਰਹਿ ਰਹੇ ਨੇ ਤੇ ਇਹਨਾਂ ਨੇ ਬੈਚਲਰਸ ਕੀਤੀ ਹੋਈ ਹੈ, ਮੈਡੀਕਲ ਫਿਜ਼ਿਕਸ BSc ਆਨਰਸ ਤੇ ਸੋਫਟਵੇਅਰ ਕੰਸਲਟੈਂਟ ਵਜੋਂ ਕੰਮ ਕਰ ਰਹੇ ਨੇ। ਬੈਕਗ੍ਰਾਉਂਡ ਇਹਨਾਂ ਦਾ ਪਟਨਾ ਦਾ ਹੈਗਾ ਤੇ ਲੱਭ ਰਹੇ ਨੇ ਆਪਣੇ ਲਈ 25-27 ਸਾਲਾਂ ਦੇ ਵਿਚਕਾਰ ਅਨਮੈਰਿਡ ਸਿਟੀਜ਼ਨ ਨੂੰ, ਪਰਮਾਨੈਂਟ ਰੈਜ਼ੀਡੈਂਟ ਵਰਕ ਪਰਮਿਟ ਹੋਲਡਰ ਹਿੰਦੂ ਕਾਸਟ 9 ਕੁੜੀ ਲਈ ਇਹਨਾਂ ਨੇ ਰਿਕੁਆਇਰਮੈਂਟ ਦਿੱਤੀਆਂ ਨੇ ਤੇ ਕੈਨੇਡਾ ਤੇ US 2 ਕੰਟਰੀਜ਼ ਲਈ ਰਿਕੁਆਇਰਮੈਂਟ ਦਿੱਤੀਆਂ ਨੇ ਤੇ ਇਸ ਪ੍ਰੋਫਾਈਲ ਤੇ US ਲਈ ਵੀ ਰਿਕੁਆਇਰਮੈਂਟਸ ਨੇ। ਤਾਂ ਜਿਹੜੀਆਂ ਵੀ ਕੁੜੀਆਂ US ਤੋਂ ਸੁਣ ਰਹੀਆਂ ਨੇ, ਇਹਨਾਂ ਨੇ ਰਿਕੁਆਇਰਮੈਂਟ ਦਿੱਤੀਆਂ ਨੇ ਕਿ ਸਾਨੂੰ ਕਾਸਟ 9 ਕੁੜੀ ਲਈ ਰਿਕੁਆਇਰਮੈਂਟਸ ਨੇ, ਵਰਕ ਪਰਮਿਟ ਹੋਲਡਰ ਹੋਣ ਜਾਂ ਫਿਰ ਪਰਮਾਨੈਂਟ ਰੈਜ਼ੀਡੈਂਟ ਹੋਣ, ਇੱਦਾਂ ਦੀ ਕੁੜੀ ਇਹਨਾਂ ਨੂੰ ਚਾਹੀਦੀ ਹੈ। ਤਾਂ ਜੀ ਨੈਕਸਟ ਪ੍ਰੋਫਾਈਲ ਜਿਹੜੀ ਆਈ ਹੈ ਉਹ 32 ਸਾਲਾਂ ਦੇ, 5'6" ਇਹਨਾਂ ਦਾ ਕੱਦ ਹੈ, ਡਾਇਵੋਰਸੀ ਨੇ ਤੇ ਸਿੱਖ ਸੈਣੀ ਮੁੰਡੇ ਦੀ ਪ੍ਰੋਫਾਈਲ ਆਈ ਹੈ ਜੀ ਕੈਨੇਡਾ ਤੋਂ। ਵਰਕ ਪਰਮਿਟ ਹੋਲਡਰ ਨੇ ਉੱਥੇ ਤੇ ਮਾਸਟਰਸ ਕੀਤੀ ਹੋਈ ਹੈ ਇਹਨਾਂ ਨੇ MBA ਦੇ ਵਿੱਚ ਤੇ ਐਜ਼ ਅ ਸੋਫਟਵੇਅਰ ਕੰਸਲਟੈਂਟ ਹੀ ਕੰਮ ਕਰ ਰਹੇ ਨੇ। ਇੰਡੀਅਨ ਬੈਕਗ੍ਰਾਉਂਡ ਮੋਹਾਲੀ ਦਾ ਇਹਨਾਂ ਦਾ ਹੈਗਾ ਤੇ ਲੱਭ ਰਹੇ ਨੇ ਆਪਣੇ ਲਈ 25-36 ਸਾਲਾਂ ਦੀ ਕਿਸੇ ਵੀ ਮੈਰੀਟਲ ਸਟੇਟਸ ਤੇ ਸਿਟੀਜ਼ਨ ਨੂੰ ਇਹ ਲੱਭ ਰਹੇ ਨੇ। ਪਰਮਾਨੈਂਟ ਰੈਜ਼ੀਡੈਂਟ ਸਿੱਖ ਨਾਲ ਹੀ ਨਾਲ, ਕਾਸਟ 9 ਕੁੜੀ ਲਈ ਇਹਨਾਂ ਨੇ ਰਿਕੁਆਇਰਮੈਂਟਸ ਦਿੱਤੀਆਂ ਨੇ ਤੇ ਕੰਟਰੀ ਲਈ ਇਹਨਾਂ ਨੇ ਕੈਨੇਡਾ ਦੀਆਂ ਰਿਕੁਆਇਰਮੈਂਟਸ ਦਿੱਤੀਆਂ ਨੇ। ਤਾਂ ਜੀ ਅੱਜ ਦੇ ਐਪੀਸੋਡ ਦੀ ਲਾਸਟ ਪ੍ਰੋਫਾਈਲ ਮੈਂ ਪੜਨ ਲੱਗੀ ਹਾਂ। 31 ਸਾਲਾਂ ਦੇ, 5'10" ਇਹਨਾਂ ਦੀ ਹਾਈਟ ਹੈ, ਅਨਮੈਰਿਡ ਸਿੱਖ ਕੰਬੋਜ ਮੁੰਡੇ ਦੀ ਪ੍ਰੋਫਾਈਲ ਹੈ। ਯੂਨਾਈਟਿਡ ਸਟੇਟਸ ਦੇ ਵਿੱਚ ਟੈਂਪਰੇਰੀ ਵੀਜ਼ਾ ਤੇ ਨੇ ਤੇ ਐਜ਼ ਅ ਟਰੱਕ ਡਰਾਈਵਰ ਕੰਮ ਕਰ ਰਹੇ ਨੇ। ਇੰਡੀਅਨ ਬੈਕਗ੍ਰਾਉਂਡ ਦੀ ਜੇ ਗੱਲ ਕਰੀਏ ਤਾਂ ਕਪੂਰਥਲਾ ਪੰਜਾਬ ਨਾਲ ਸੰਬੰਧ ਰੱਖਦੇ ਨੇ। ਉਹ ਦੇਖਦੇ ਹਾਂ ਕੀ ਕੀ ਰਿਕੁਆਇਰਮੈਂਟਸ ਦਿੱਤੀਆਂ ਨੇ ਇਹਨਾਂ ਨੇ ਆਪਣੇ ਇੱਕ ਰਾਈਟ ਕੰਪੈਨੀਅਨ ਲਈ। ਤਾਂ ਇਹ ਚਾਹੁੰਦੇ ਨੇ 27-32 ਸਾਲਾਂ ਦੀ ਅਨਮੈਰਿਡ ਸਿਟੀਜ਼ਨ ਨੂੰ, ਪਰਮਾਨੈਂਟ ਰੈਜ਼ੀਡੈਂਟ ਸਿੱਖ ਜਾਂ ਫਿਰ ਕਾਸਟ 9 ਕੁੜੀ ਲਈ ਇਹਨਾਂ ਨੇ ਰਿਕੁਆਇਰਮੈਂਟਸ ਦਿੱਤੀਆਂ ਨੇ ਤੇ ਕੰਟਰੀ ਲਈ ਇਹਨਾਂ ਨੇ ਯੂਨਾਈਟਿਡ ਸਟੇਟਸ ਦੀਆਂ ਰਿਕੁਆਇਰਮੈਂਟਸ ਦਿੱਤੀਆਂ ਨੇ। ਤਾਂ ਜੀ ਇਹ ਸੀਗੀਆਂ ਅੱਜ ਦੇ ਐਪੀਸੋਡ ਦੀਆਂ ਸਾਰੀਆਂ ਪ੍ਰੋਫਾਈਲਾਂ। ਜੇ ਕਿਸੇ ਵੀ ਪ੍ਰੋਫਾਈਲ ਨੂੰ ਸੁਣ ਕੇ ਲੱਗਾ ਕਿ ਤੁਸੀਂ ਰਿਲੇਟ ਕਰ ਪਾ ਰਹੇ ਹੋ ਜਾਂ ਇਹ ਪ੍ਰੋਫਾਈਲ ਤੁਹਾਡੀ ਰਿਕੁਆਇਰਮੈਂਟਸ ਦੇ ਅਕੋਰਡਿੰਗ ਫਿੱਟ ਬੈਠਦੀ ਹੈ, ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ। ਜਿਵੇਂ ਕਿ ਅਸੀਂ ਡੇਲੀ ਬੇਸਿਸ ਤੇ ਤੁਹਾਨੂੰ ਦੱਸਦੇ ਰਹਿੰਦੇ ਕਿ ਸਾਡੇ ਕੋਲ ਰਿਸ਼ਤੇ ਆਉਂਦੇ ਨੇ ਕੈਨੇਡਾ, UK ਤੇ ਇੰਡੀਆ ਤੋਂ ਵੀ ਖਾਸ ਕਰ ਰਿਕੁਆਇਰਮੈਂਟਸ ਆਉਂਦੀਆਂ ਨੇ। ਕੈਨੇਡਾ ਤੋਂ ਜ਼ਿਆਦਾਤਰ ਸਾਡੇ ਕੋਲ ਰਿਸ਼ਤੇ ਆਉਂਦੇ ਨੇ, ਤਾਂ ਕੈਨੇਡਾ ਹੀ ਨਹੀਂ ਬਾਕੀ ਜਿਹੜੇ ਵੀ ਦੁਨੀਆ ਦੇ ਕੋਨੇ ਵਿੱਚ ਤੁਸੀਂ ਆਪਣੇ ਪਰਫੈਕਟ ਪਾਰਟਨਰ ਨੂੰ ਲੱਭ ਰਹੇ ਹੋ, ਤਾਂ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਤੇ ਕੰਟੈਕਟ ਕਰ ਸਕਦੇ ਹੋ ਸਾਡੇ ਨਾਲ 6478-6000 ਤੇ, ਜਾਂ ਫਿਰ ਤੁਸੀਂ ਸਾਡੀ ਵੈਬਸਾਈਟ ਤੇ ਵਿਜ਼ਿਟ ਕਰ ਸਕਦੇ ਹੋ। ਸਾਡੀ ਵੈਬਸਾਈਟ ਤੇ ਵਿਜ਼ਿਟ ਕਰਨ ਲਈ www.nrmb.com ਤੇ ਵਿਜ਼ਿਟ ਕਰ ਸਕਦੇ ਹੋ। ਬਹੁਤ ਬਹੁਤ ਸ਼ੁਕਰੀਆ।